ਇੰਡੋਨੇਸ਼ੀਆ ਦੀ ਜਕਾਰਤਾ 'ਚ ਚੱਲ ਰਹੀਆਂ ਏਸ਼ੀ ਖੇਡਾਂ ਦੇ ਵਿੱਚ ਅਜਨਾਲਾ ਦੇ ਅਰਪਿੰਦਰ ਸਿੰਘ ਨੇ ਵੀ ਭਾਰਤ ਲਈ 11ਵੇਂ ਦਿਨ ਗੋਲਡ ਮੈਡਲ ਹਾਸਲ ਕੀਤਾ ਹੈ। ਇਸ ਨੇ ਨਾ ਸਿਰਫ ਪੰਜਾਬ ਤੇ ਹਰਿਆਣਾ ਦਾ ਬਲਕਿ ਪੂਰੇ ਦੇਸ਼ ਦਾ ਨਾਮ ਚਮਕਾਇਆ ਹੈ। ਅਰਪਿੰਦਰ ਦੀ ਇਸ ਜਿੱਤ ਦੇ ਬਾਅਦ ਉਸਦੇ ਪਰਿਵਾਰ ਜਸ਼ਨ ਦਾ ਮਾਹੌਲ ਹੈ, ਪਰ ਨਾਲ ਹੀ ਨਿਰਾਸ਼ਾ ਵੀ ਹੈ ਕਿ ਉਸਨੂੰ ਸਹੂਲਤਾਂ ਦੀ ਘਾਟ ਕਾਰਨ ਪੰਜਾਬ ਦੀ ਥਾਂ ਹਰਿਆਣਾ ਦੇ ਵੱਲੋਂ ਖੇਡਣਾ ਪਿਆ। ਸਾਡੇ ਘਰ ਦੇ ਵਿੱਚ ਬਹੁਤ ਖੁਸ਼ੀ ਵਾਲਾ ਮਾਹੌਲ ਆ। ਹਾਂਜੀ, ਇਹਨਾਂ ਨਾਲ ਪਹਿਲਾਂ ਹੀ 100-200 ਮੀਟਰ ਕਰਾਉਂਦੇ ਹਾਂ ਅਤੇ ਕੋਚ ਇਹਨਾਂ ਦਾ ਇੱਕ ਹੈਗਾ ਉੱਥੇ ਗੰਦਗੀ ਨਾਲ ਗੁਰੂ ਨਾਨਕ ਸਟੇਡੀਅਮ ਨਾਲ ਕਿਹਾ ਵੀ ਤੁਹਾਡੇ ਬੱਚੇ ਦਾ ਨਾ 100-200 ਮੀਟਰ 'ਚ ਨੰਬਰ ਨਹੀਂ ਪੈਣਾ, ਇਹਦੀਆਂ ਲੱਤਾਂ ਬਹੁਤ ਮੋਟੀਆਂ ਅਤੇ ਇਹ ਸਰੀਰ ਹੈ ਟ੍ਰਿਪਲ ਜੰਪ ਵਾਲਾ। ਅਤੇ ਫਿਰ ਅਸੀਂ ਉਸ ਤੋਂ ਬਾਅਦ ਟ੍ਰਿਪਲ ਜੰਪ ਵੀ ਪਾਇਆ ਅਤੇ ਪਹਿਲੇ ਸਾਲ ਹੀ ਦਾ ਪੰਜਾਬ 'ਚੋਂ ਮੈਡਲ ਅਤੇ ਲਗਾਤਾਰ ਚੜ੍ਹਦੇ ਚੜ੍ਹਦੇ ਤਾਂ ਤਾਂ ਗਿਆ, ਬਹੁਤ ਵਧੀਆ ਰਿਹਾ ਜੀ। ਉੱਦਾਂ ਇਹ ਵੀ ਜਿੰਨੀਆਂ ਸਹੂਲਤਾਂ ਉਹਨਾਂ ਦੀਆਂ ਨੇ ਹਰਿਆਣੇ 'ਚ ਜਾਂ ਜਿੱਦਾਂ ਮਹਾਰਾਸ਼ਟਰ ਉੜੀਸਾ 'ਚ ਉਹਨੀਆਂ ਸੁੱਖ ਸਹੂਲਤਾਂ ਪੰਜਾਬ 'ਚ ਘੱਟ ਆ। ਦੱਸਦੀ ਕਿ ਅਰਪਿੰਦਰ ਨੇ ਏਸ਼ੀਆ ਖੇਡਾਂ ਦੇ ਵਿੱਚ ਪੁਰਸ਼ਾਂ ਦੀ 30 ਛਲਾਂਗ 'ਚ ਸਭ ਤੋਂ ਵਧੀਆ ਪ੍ਰਦਰਸ਼ਨ ਕਰਦੇ ਹੋਏ 16.77 ਮੀਟਰ ਉੱਚੀ ਛਲਾਂਗ ਲਗਾਈ ਅਤੇ ਗੋਲਡ ਮੈਡਲ ਆਪਣੇ ਨਾਮ ਕੀਤਾ। ਅਜਨਾਲਾ ਤੋਂ ਪੰਕਜ ਮੱਲੀ ਦੇ ਨਾਲ ਬਿਊਰੋ ਰਿਪੋਰਟ, ਦੈਨਿਕ ਸਵੇਰਾ ਟੀਵੀ।